13 ਸਾਲ ਦੇ ਬੱਚੇ ਨੂੰ ਹੋਇਆ ਕੈਂਸਰ। 9 ਲੱਖ ਰੁਪਏ ਹੁਣ ਤੱਕ ਖਰਚ ਚੁੱਕਾ ਹੈ ਪਰਿਵਾਰ। ਬੱਚੇ ਦੇ ਇਲਾਜ ਪਿੱਛੇ ਘਰ ਵੀ ਵੇਚ ਦਿੱਤਾ ਇਸ ਪਰਿਵਾਰ ਨੇ। ਦਿਨੋ ਦਿਨ ਲਗਾਤਾਰ ਵੱਧ ਰਿਹਾ ਕੈਂਸਰ। 6 ਲੱਖ ਰੁਪਏ ਮੰਗ ਰਹੇ ਨੇ ਡਾਕਟਰ ਇਲਾਜ ਦੇ ਲਈ। ਹੁਣ ਲੋਕਾਂ ਦੇ ਕੋਲ ਲਈ ਮਦਦ ਦੀ ਗੁਹਾਰ। ਮੇਰਾ ਨਾਮ ਚਾਂਦਨੀ ਹੈ ਤੇ ਬੱਚੇ ਦਾ ਨਾਮ ਮਾਹੀ ਹੈ ਤੇ ਬੱਚਾ 13 ਸਾਲ ਦਾ ਹੈ। ਸਮੱਸਿਆ ਬੱਚੇ ਨੂੰ ਕੈਂਸਰ ਹੈ। ਕੈਂਸਰ ਹੈ ਤੇ ਆਪਾਂ 2-3 ਵਾਰੀ ਇਲਾਜ ਕਰਾ ਸਕਦੇ, ਕਰਾਇਆ ਇਹਦਾ ਇਲਾਜ ਕਰਾਇਆ 2-3 ਵਾਰੀ, ਘਰ ਵੀ ਭੇਜਤਾ ਤੇ ਮੇਰੇ ਹਸਬੈਂਡ ਨੇ ਉਹ ਦਿਹਾੜੇ ਤੱਪੇ ਕਰਦੇ ਨੇ ਤੇ 300-400 ਰੁਪਇਆ ਕਮਾ ਕੇ ਲਿਆਉਂਦੇ ਨੇ ਤੇ ਉਹਦੇ 'ਚ ਘਰ ਦਾ ਗੁਜ਼ਾਰਾ ਵੀ ਕਰਦੇ ਹਾਂ ਤੇ ਬੱਚੇ ਦੀ ਦਵਾਈ ਵੀ ਲਿਆਉਂਦੇ ਹਾਂ ਤੇ 2 ਮੇਰੀ ਬੇਟੀਆਂ ਨੇ ਤੇ ਘਰ ਦਾ ਗੁਜ਼ਾਰਾ ਬਹੁਤ ਜ਼ਿਆਦਾ ਮੁਸ਼ਕਿਲ ਹੋਇਆ ਪਿਆ ਕਰਨਾ ਤੇ ਕਿਰਾਏ 'ਤੇ ਰਹਿ ਰਹੇ ਹਾਂ। ਬੱਚੇ 'ਤੇ ਲੱਗ ਗਏ ਸਰ 4-5 ਲੱਖ ਲੱਗ ਗਿਆ। 2 ਵਾਰੀ ਇਲਾਜ ਕਰਾਇਆ 4-5 ਲੱਖ ਲੱਗ ਗਿਆ। ਇਹਨੂੰ ਹੋ ਗਏ 6 ਮਹੀਨੇ, ਹੁਣ ਹੋ ਗਏ 2 ਮਹੀਨੇ ਪਹਿਲਾਂ ਅਸੀਂ ਇਲਾਜ ਕਰਾਇਆ ਐਮ ਐਚ ਏ, ਹੁਣ ਅਸੀਂ ਪੀ ਜੀ ਆਈ ਚੰਡੀਗੜ੍ਹ 'ਚ ਇਲਾਜ ਕਰਾ ਰਹੇ ਹਾਂ। ਕੀ ਕਹਿੰਦੇ? ਉਹ ਕਹਿੰਦੇ ਆ ਬਈ ਬੱਚੇ ਨੂੰ ਫਿਰ ਉਹੀ ਪ੍ਰੋਬਲਮ ਹੋ ਗਈ ਹੈ ਕੈਂਸਰ ਵਾਲੀ, ਉਹੀ ਦੁਬਾਰਾ ਪ੍ਰੋਬਲਮ ਹੋ ਗਈ। ਪਹਿਲਾਂ ਤਾਂ ਘੱਟ ਪੈਸੇ ਲੱਗੇ ਸੀ, ਹੁਣ ਵੱਧ ਲੱਗਣਗੇ, 5-4 ਲੱਖ ਲੱਗੂਗਾ ਤੇ ਬੱਚਾ ਦੁਬਾਰਾ ਠੀਕ ਹੋ ਜਾਊਗਾ। ਬੱਚਾ ਇਲਾਜ ਸਰ ਕਰਾ ਰਹੇ ਨਹੀਂ ਬਈ, ਪੈਸੇ ਨਹੀਂ ਹੈਗੇ ਸਾਡੇ ਕੋਲ, ਪੈਸੇ ਨਹੀਂ, ਮਾਤੜ ਬੰਦੇ ਹਾਂ, ਗਰੀਬ ਹਾਂ। ਜਿੰਨੇ ਸੀਗੇ ਘਰ ਸੀਗਾ ਵੇਚਤਾ, ਬੱਚੇ ਤਾਂ ਲਾ ਤੇ ਜਿੰਨੇ ਲੱਗੇ ਆ, ਹੁਣ ਅਸੀਂ ਆਪਾਂ ਘਰ ਵੀ ਨਹੀਂ ਹੈਗਾ ਤੇ ਨਹੀਂ ਨਾਂ ਦੇ ਘਰ 2 ਦਿਨ ਹੋ ਕੇ ਰਹਿ ਰਹੇ ਹਾਂ ਤੇ ਬੱਚੇ ਦੀ ਸਮੱਸਿਆ ਵਧੀ ਜਾਂਦੀ ਹੈ ਬਈ। ਅਸੀਂ ਜਲਦ ਤੋਂ ਜਲਦ ਜਿੰਨੇ ਭੈਣ ਭਰਾ ਨੇ, ਜਿੰਨੇ ਮੇਰੀ ਭੈਣਾਂ ਨੇ, ਜਿੰਨੇ ਬਾਹਰਲੇ ਮੁਲਕ 'ਚ ਮੇਰੇ ਭਰਾ ਨੇ, ਵੱਧ ਤੋਂ ਵੱਧ ਸਾਡੀ ਮਦਦ ਕਰਨ ਤੇ ਅਸੀਂ ਬੱਚੇ ਦਾ ਇਲਾਜ ਕਰਾ ਲਈਏ, ਵੱਧ ਤੋਂ ਵੱਧ ਕਰਨ, ਜਲਦੀ ਜਲਦੀ ਕਰਨ। ਡਾਕਟਰਾਂ ਨੇ 2-3 ਦਿਨ ਦਾ ਟਾਈਮ ਦਿੱਤਾ, ਸਮਾਂ ਘੱਟ ਬਹੁਤ ਜ਼ਿਆਦਾ, ਦੋਨੋਂ ਦੋਨੀ ਗੱਲ ਵਧੀ ਜਾਂਦੀ ਹੈ ਤੇ ਜਿੰਨੇ ਮੇਰੇ ਭੈਣ ਭਰਾ ਨੇ ਸਾਡੀ ਮਦਦ ਕਰਨ ਤੇ ਅਸੀਂ ਬੱਚੇ ਦਾ ਇਲਾਜ ਕਰਾ ਲਈਏ ਤੇ ਬੱਚੇ ਨੂੰ ਅਸੀਂ ਬਚਾ ਲਈਏ। ਨਾਮ ਮੇਰਾ ਦਲੀਪ ਹੈ ਜੀ, ਮੈਂ ਪਿੰਡ ਮਾਨਕੌਰ ਦਾ ਰਹਿਣ ਵਾਲਾ ਜੀ ਤੇ ਬੱਚੇ ਦਾ ਮਾਹੀ ਨਾਮ ਹੈ ਜੀ, 13 ਸਾਲ ਦੀ ਉਮਰ ਹੈ ਇਹਦੀ ਜੀ ਤੇ ਇਹਨੂੰ 2-3 ਵਾਰੀ ਅਸੀਂ ਇਲਾਜ ਇਹਦਾ ਕਰਾ ਚੁੱਕੇ ਹਾਂ ਸਰ। ਇੱਕ ਵਾਰੀ ਪਹਿਲੀ ਵਾਰ ਤਾਂ ਬਠਿੰਡੇ ਕਰਾ ਚੁੱਕੇ ਹਾਂ ਜੀ, ਉੱਥੇ ਵੀ ਸਾਡੇ ਕੋਲ 2-3 ਲੱਖ ਰੁਪਇਆ ਲੱਗ ਗਿਆ ਜੀ ਤੇ ਉਸ ਤੋਂ ਬਾਅਦ PGI ਦੇ ਵਿੱਚ ਅਸੀਂ ਚਲੇ ਗਏ ਜੀ, ਉੱਥੇ ਵੀ ਇਹਦਾ ਇਲਾਜ ਕਰਵਾਇਆ, ਉੱਥੇ ਵੀ 5-6 ਲੱਖ ਰੁਪਇਆ ਸਾਡਾ ਉੱਥੇ ਵੀ ਲੱਗਿਆ ਜੀ। ਹਾਂਜੀ, ਅਤੇ ਹੁਣ ਕੋਈ ਸਾਡੇ ਕੋਲ ਪੈਸੇ ਹੈ ਨਹੀਂ ਜੀ, ਕੋਈ ਖਰਚੇ ਜੋਗੇ ਪੈਸੇ ਵੀ ਹੈ ਨਹੀਂ। ਅਸੀਂ ਫਰਨੈਲ ਵਗੈਰਾ ਵੇਚਦੇ ਹਾਂ ਜੀ, ਉਹ ਦਿਹਾੜੀ ਦਾ ਪਿਆਲਾ ਅਸੀਂ ਕੰਮ ਕਰਦੇ ਹਾਂ, ਕੋਈ ਉਹਦੇ 'ਚ 1,500 ਰੁਪਏ ਸਾਨੂੰ ਬਚਦਾ, ਉਹ ਅਸੀਂ ਕਿਰਾਏ ਵੀ ਦੇ ਦਿੰਦੇ ਹਾਂ, ਇਹਦੀ ਦਵਾਈ ਵੀ ਚੱਲ ਲੈ ਰਹੇ ਹਾਂ ਮਾਹੀ ਦੀ ਤੇ ਇਸ ਕਰਕੇ ਸਾਡਾ ਐਂ ਗੁਜ਼ਾਰਾ ਹੋ ਰਿਹਾ ਸਰ। ਪ੍ਰੋਬਲਮ ਇਹਨਾਂ ਨੂੰ ਕੈਂਸਰ ਦੀ ਹੈ ਜੀ, ਇਹਨੂੰ ਹੋ ਗਿਆ ਜੀ ਘੱਟੋ ਘੱਟ ਵੀ ਜੀ ਇਹਨੂੰ 3-4 ਮਹੀਨੇ ਹੋ ਗਏ ਜੀ। ਪੈਸੇ ਇਹਦੋ ਘੱਟੋ ਘੱਟ ਵੀ 2 ਵਾਰ ਇਲਾਜ ਅਸੀਂ ਕਰਵਾਇਆ ਜੀ, 7-8-9 ਲੱਖ ਰੁਪਏ ਸਾਡਾ ਲੱਗ ਚੁੱਕੇ ਜੀ। ਘਰ ਬਾਰ ਸੀਗਾ ਸਾਡਾ ਜੀ, ਅਸੀਂ ਉਹ ਵੀ ਵੇਚਤਾ, ਉਹ ਵੀ ਵੇਚ ਕੇ ਇਹਦੇ 'ਤੇ ਲਾਤਾ ਜੀ। ਹੁਣ ਸਾਡੇ ਕੋਲ ਕੋਈ ਸਰਕਾਰ ਤੱਕ ਮੈਂ ਅਪੀਲ ਕਰਨਾ ਚਾਹੁੰਦਾ, ਭਗਵੰਤ ਮਾਨ ਤੱਕ ਜੀ, ਮੇਰੀ ਅਪੀਲ ਇਹੀ ਹੈ ਕਿ ਸਾਡੀ ਜਲਦ ਤੋਂ ਜਲਦ ਮਦਦ ਕੀਤੀ ਜਾਵੇ ਜੀ, ਕਿਉਂਕਿ ਸਾਨੂੰ ਡਾਕਟਰਾਂ ਨੇ ਵੀ ਦੱਸਿਆ ਜਿੰਨਾ ਟਾਈਮ ਤੁਸੀਂ ਗੈਪ ਪਾਓਗੇ ਉਨਾ ਉਹਨਾਂ ਬੱਚਿਆਂ ਨੂੰ ਖਤਰਾ ਹੈ, ਇਹ ਦਿਨੋਂ ਦਿਨ ਵਧੀ ਜਾਣਾ, ਇਹਨੇ ਘਟਣਾ ਹੈ ਨਹੀਂ ਜੀ। ਇਸ ਕਰਕੇ ਵੀ ਜਿੰਨੇ ਵੀ ਜਲਦੀ ਹੋ ਸਕੇ ਮੇਰੀ ਪੰਜਾਬ ਸਰਕਾਰ ਤੱਕ, ਭਗਵੰਤ ਮਾਨ ਤੱਕ ਮੇਰੀ ਅਪੀਲ ਹੈ ਕਿ ਸਾਡੀ ਮਦਦ ਕੀਤੀ ਜਾਵੇ ਜੀ। 5-6 ਲੱਖ ਰੁਪਇਆ ਸਾਡਾ ਉਹ PGI ਵਾਲੇ ਮੰਗ ਰਹੇ ਹੈ, 5-6 ਲੱਖ ਰੁਪਇਆ ਲੱਗੂਗਾ ਤੇ ਤੁਹਾਡਾ ਬੱਚਾ ਬਚ ਜਾਏਗਾ ਜੀ। ਇਲਾਜ ਜੀ ਪੈਸੇ ਕਰਨ ਨੂੰ ਇਲਾਜ ਬੰਦ ਕੀਤਾ ਜੀ, ਸਾਡੇ ਕੋਲ ਪੈਸੇ ਹੈ ਨਹੀਂ, ਕਿਰਾਏ 'ਤੇ ਰਹਿੰਦੇ ਸੀਗੇ ਇੱਥੇ ਜੀ,
ਉਹਨਾਂ ਨੇ ਵੀ ਸਾਨੂੰ ਜਵਾਬ ਦਿੱਤਾ, ਉਹ ਕਹਿੰਦੇ ਵੀ ਤੁਸੀਂ ਕਿਰਾਇਆ ਕਿੱਥੋਂ ਭਰੋਂਗੇ, ਉਹਨਾਂ ਨੇ ਵੀ ਸਮਾਨ ਚੱਕ ਕੇ ਸਾਡਾ ਬਾਹਰ ਰੱਖਤਾ ਅਤੇ ਸਾਰੇ ਪਾਸੇ ਜੀ ਸਾਡਾ ਕੋਈ ਹੈਲਪ ਕਰਨ ਵਾਸਤੇ ਕੋਈ ਆਇਆ ਨਹੀਂ ਜੀ। ਇਸ ਤਰ੍ਹਾਂ ਵੀ ਮੈਂ ਤਾਂ ਸਾਰਿਆਂ ਨੂੰ ਕਹਿੰਦਾ ਵੀ ਹਾਂਜੀ ਮੈਂ ਅਪੀਲ ਇਹੀ ਕਰਦਾ ਮੇਰੇ ਸੱਜਣ ਬਿੱਲੀ ਜਿੰਨੇ ਵੀ ਹੈ, ਮੇਰੇ ਭੈਣ ਭਰਾ, ਮੇਰੀ ਮਾਂ ਪਿਓ ਜਿੰਨੇ ਵੀ ਹੈ, ਵੀ ਮੇਰੀ ਮਦਦ ਕੀਤੀ ਜਾਵੇ, ਮੇਰੇ ਬੱਚੇ ਦੀ ਮਦਦ ਕੀਤੀ ਜਾਵੇ ਜੀ। ਵੀ ਸਾਨੂੰ ਐਂ ਨਹੀਂ ਹੈਗਾ ਵੀ ਪੈਸੇ ਸਾਨੂੰ ਦਿਓ, ਸਾਡਾ ਬਸ ਬਾਂਹ ਫੜਨ ਵਾਲਾ ਹੋਵੇ ਵੀ ਕੋਈ ਮੇਰਾ ਬੱਚੇ ਨੂੰ ਬਸ ਬਚਾ ਸਕੇ ਜੀ। ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ ਕੋਈ ਇਹੋ ਜਿਹਾ ਸੱਜਣ ਬੇਲੀ ਹੋਊਗਾ, ਕੋਈ ਬੰਦਾ ਹੋਊਗਾ ਦਾਨੀ, ਬਸ ਉਹ ਸਾਡੀ ਹੈਲਪ ਕਰੇ ਜੀ, ਬਸ ਹਾਂਜੀ ਇਲਾਜ ਕਰਾਵੇ। ਬਾਕੀ ਮੇਰੀ ਸਰਕਾਰ ਤੱਕ ਜ਼ਰੂਰ ਹੈ, ਭਗਵੰਤ ਮਾਨ ਤੱਕ ਮੇਰੀ ਜ਼ਰੂਰ ਹੈ, ਇਹ ਅਰਦਾਸ ਹੈ ਜਾਂ ਮੇਰੀ ਅਪੀਲ ਹੈ ਕਿ ਸਾਡੀ ਮਦਦ ਕੀਤੀ ਜਾਵੇ, ਜ਼ਰੂਰ ਮਦਦ ਕੀਤੀ ਜਾਵੇ। ਕੰਟੈਕਟ ਨੰਬਰ ਦਿੰਦੇ ਹਾਂ ਜੀ, 9 8 7 5 4 5 8 5 ਜੀ, 9 8 7 4 5 8 5। ਇੱਥੇ ਆਪਾਂ ਮਾਨ ਕੌਰ ਪਿੰਡ ਆਪਾਂ ਰਹਿ ਰਹੇ ਹਾਂ ਜੀ, ਬਰਫ ਵਾਲਾ ਕਾਰਖਾਨਾ ਜਿਹਨੂੰ ਮਰਜ਼ੀ ਪੁੱਛ ਸਕਦੇ ਹੋ ਜੀ। ਜਿਹੜੇ ਫਰਨੈਲ ਵਗੈਰਾ ਜਿਹੜੇ ਵੇਚਦੇ ਦਿਹਾੜੀ ਤੱਪੇ ਵਾਲੇ ਬੰਦੇ ਨੇ ਜੀ, ਉਹ ਕਿੱਥੇ ਕਿ ਉਹਨਾਂ ਨੂੰ ਸਾਰੇ ਪਿੰਡ ਨੂੰ ਵੀ ਪਤਾ ਵੀ ਬੱਚੇ ਨੂੰ ਕੈਂਸਰ ਹੈ ਜੀ, ਵੀ ਉਹ ਆਪ ਹੀ ਦੱਸ ਦੇਣਗੇ ਵੀ ਜਿਹੜੇ ਬੱਚੇ ਨੂੰ ਕੈਂਸਰ ਹੈ ਉਹ ਪਰਿਵਾਰ ਨੂੰ ਅਸੀਂ ਮਿਲਣਾ ਚਾਹੁੰਦੇ ਹਾਂ। ਹਾਂਜੀ ਸਮਾਂ ਬਹੁਤ ਘੱਟ ਹੈ ਜੀ, ਇੱਕ ਇੱਕ ਦਿਨ ਇੱਕ ਇੱਕ ਘੰਟਾ ਵੀ ਉਹ ਵੀ ਜਾ ਰਿਹਾ ਜੀ। ਡਾਕਟਰ ਨੇ ਸਾਨੂੰ ਇਹੀ ਦੱਸਿਆ ਵੀ ਇਹਨੂੰ ਜਲਦੀ ਤੋਂ ਜਲਦੀ ਐਡਮਿਟ ਕਰਾਓ ਔਰ ਜਲਦੀ ਤੋਂ ਜਲਦੀ ਅਸੀਂ ਇਲਾਜ ਦਾ ਸ਼ੁਰੂ ਕਰੀਏ।